ਸਤਿ ਸ਼੍ਰੀ ਅਕਾਲ ਦੋਸਤੋ, ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡ ਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ, ਤਾਂ ਜੋ ਸਾਨੂੰ ਸਹੀ ਅਤੇ ਚੰਗੀ ਸੇਧ ਮਿਲ ਸਕੇ। ਅਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਕਿਸਮਤ ਨੀ ਕਿਸਮਤ, ਮੈਂ ਤੈਨੂੰ ਕਿੱਦਾਂ ਸਮਝਾਵਾਂ। ਦਿਲ ਕੀਤਾ ਸੀ ਤੇਰੇ ਕੋਲ, ਮੈਂ ਸਭ ਕੁਝ ਮੰਗ ਲਿਆ ਵਾਂ, ਪਰ ਵਕਤ ਨੇ ਸੁਣੀ ਨਾ ਅੱਜ ਤੱਕ ਕਿਸੇ ਦੀ। ਹੋਇਆ ਉਹੀ ਜੋ ਮਨਜ਼ੂਰ ਤੈਨੂੰ ਸੀ। ਕਿਸਮਤ ਨੀ ਕਿਸਮਤ, ਮੈਂ ਤੈਨੂੰ ਕਿੱਦਾਂ ਸਮਝਾਵਾਂ। ਗੱਲ ਤਾਂ ਸਹੀ ਹੈ, ਸਮੇਂ ਤੋਂ ਪਹਿਲਾਂ ਨਾ ਤਾਂ ਅੱਜ ਤੱਕ ਕਿਸੇ ਨੂੰ ਕੁਝ ਹਾਸਲ ਹੋਇਆ ਅਤੇ ਨਾ ਹੀ ਹੋ ਸਕਦਾ। ਜਿੰਨਾ ਤੁਹਾਡੀ ਕਿਸਮਤ ਦਾ ਹੈ ਉਹ ਤੁਹਾਨੂੰ ਜ਼ਰੂਰ ਮਿਲੇਗਾ। ਗੱਲ ਬੈਂਗਲੌਰ ਦੀ ਹੈ, ਜਿੱਥੇ ਮੇਰੀ ਧੀ ਵਿਆਹੀ ਸੀ। ਉਸਦਾ ਨਾਮ ਸੀ ਕ੍ਰਿਸ਼ਨਾ। ਹੁਣੇ ਹੀ ਵਿਆਹ ਹੋਇਆ ਸੀ ਉਸਦਾ। ਸੁੱਖ ਨਾਲ ਸਹੁਰੇ ਪਰਿਵਾਰ ਤੋਂ ਵੀ ਕਾਫ਼ੀ ਸੌਖੀ ਸੀ। ਬਸ ਡਿਓਕ ਸੀ ਤਾਂ ਧੀ ਦੇ ਸਹੁਰੇ ਪਰਿਵਾਰ ਦੀ ਸੁਭਾਅ ਦੀ ਸਿੱਧੇ ਮੂੰਹ 'ਤੇ ਜਿਵੇਂ ਗੱਲ ਹੀ ਨਾ ਕਰਦੇ ਹੋਣ। ਸ਼ੁਰੂ 'ਚ ਤਾਂ ਸਭ ਠੀਕ ਰਿਹਾ, ਪਰ ਜਿਵੇਂ ਜਿਵੇਂ ਵਿਆਹ ਪੁਰਾਣਾ ਹੁੰਦਾ ਗਿਆ, ਉਵੇਂ ਸਭ ਦੇ ਅਸਲ ਚਿਹਰੇ ਬਾਹਰ ਆਉਣੇ ਸ਼ੁਰੂ ਹੋ ਗਏ। ਕ੍ਰਿਸ਼ਨਾ ਦੇ ਸਹੁਰਾ ਪਰਿਵਾਰ ਦੀ ਜ਼ਮੀਨ ਜਾਇਦਾਦ ਵੀ ਬਥੇਰੀ ਸੀ, ਇਸ ਲਈ ਕ੍ਰਿਸ਼ਨਾ ਦਾ ਘਰਵਾਲਾ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਬੱਚਾ ਹੋ ਜਾਵੇ ਤਾਂ ਮਨ ਤੋਂ ਇੱਕ ਬੋਝ ਉਤਰ ਜਾਵੇ। ਪਰ ਪਤਾ ਨਹੀਂ ਕਿਉਂ ਰੱਬ ਵੀ ਉਹਨਾਂ ਦੋਨਾਂ ਤੋਂ ਨਾਰਾਜ਼ ਲੱਗ ਰਿਹਾ ਸੀ। ਕਿੰਨੀ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕ੍ਰਿਸ਼ਨਾ ਮਾਂ ਨਾ ਬਣ ਸਕੀ, ਜਿਸ ਕਾਰਨ ਅਕਸਰ ਆਪਣੇ ਸਹੁਰਿਆਂ ਤੋਂ ਕ੍ਰਿਸ਼ਨਾ ਨੂੰ ਬੁਰਾ ਭਲਾ ਸੁਣਨਾ ਪੈਂਦਾ ਸੀ। ਪਰ ਬੀਤਦੇ ਵਕਤ ਦੇ ਨਾਲ ਕ੍ਰਿਸ਼ਨਾ ਨੇ ਲੋਕਾਂ ਦੇ ਤਾਨਿਆਂ ਨੂੰ ਸੁਣਨ ਦੀ ਆਦਤ ਜਿਵੇਂ ਪਾ ਲਈ ਸੀ। ਬਾਹਰਲੇ ਤਾਂ ਛੱਡੋ, ਹੁਣ ਤਾਂ ਕ੍ਰਿਸ਼ਨਾ ਦਾ ਘਰ ਵਾਲਾ ਵੀ ਬੋਲਣ ਲੱਗ ਪਿਆ ਸੀ ਕਿ ਬਰਾਦਰੀ ਵਾਲੇ ਬੋਲਣ ਲੱਗ ਪਏ ਨੇ ਅਤੇ ਮੇਰੇ ਕੋਲ ਜਵਾਬ ਨੇ। ਮੈਂ ਦੱਸਾਂ ਕਿ ਕਮੀ ਆਖਿਰਕਾਰ ਕਿਸ ਵਿੱਚ ਹੈ। ਉਸ ਦਿਨ ਕ੍ਰਿਸ਼ਨਾ ਦੇ ਆਪਣੇ ਪਤੀ ਦੇ ਨਾਲ ਕੋਈ ਸਲਾਹ ਬਣਦੀ ਹੈ ਅਤੇ ਕ੍ਰਿਸ਼ਨਾ ਆ ਜਾਂਦੀ ਹੈ ਆਪਣੇ ਪੇਕੇ। ਹਮੇਸ਼ਾ ਸੋਚਾਂ ਦੇ ਵਿੱਚ ਡੁੱਬੀ ਰਹਿੰਦੀ ਕਿ ਆਖਿਰਕਾਰ ਮੇਰਾ ਕੀ ਬਣੂ। ਵਿਆਹ ਨੂੰ ਪੂਰੇ 10 ਸਾਲ ਹੋ ਚੁੱਕੇ ਸਨ ਅਤੇ ਬੱਚੇ ਦੀ ਆਵਾਜ਼ ਸੁਣਨ ਤੋਂ ਵੀ ਉਹ ਤਰਸ ਚੁੱਕੀ ਸੀ। ਇਹਨਾਂ ਨੂੰ ਕ੍ਰਿਸ਼ਨਾ ਦੀ ਮਾਂ ਆ ਕੇ ਹੌਸਲਾ ਦਿੰਦੀ ਹੈ ਕਿ ਦੇਖ ਕ੍ਰਿਸ਼ਨਾ, ਉਸ ਰੱਬ ਨੇ ਕੁਝ ਨਾ ਕੁਝ ਤਾਂ ਚੰਗਾ ਸੋਚਿਆ ਹੀ ਹੋਵੇਗਾ, ਤੂੰ ਹਿੰਮਤ ਨਾ ਛੱਡੀ, ਬਸ ਹੌਸਲਾ ਰੱਖੀ ਰੱਖ। ਇਹਨੇ ਨੂੰ ਸਫਾਈ ਵਾਲੀ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਅਤੇ ਕਹਿੰਦੀ ਹੈ, ਬੀਬੀ ਜੀ ਮੈਂ 2 ਦਿਨ ਕੰਮ 'ਤੇ ਨਹੀਂ ਆਵਾਂਗੀ ਅਤੇ ਮੈਨੂੰ ਥੋੜ੍ਹੇ ਜਿਹੇ ਪੈਸੇ ਵੀ ਚਾਹੀਦੇ ਨੇ। ਕ੍ਰਿਸ਼ਨਾ ਦੀ ਮਾਂ ਪੁੱਛਦੀ ਹੈ ਕਿ ਘਰ 'ਚ ਪਰਾਹੁਣੇ ਆਏ ਨੇ ਅਤੇ ਤੂੰ ਛੁੱਟੀਆਂ 'ਤੇ ਚੱਲੀ ਹੈ। ਕੰਮ ਵਾਲੀ ਦਾ ਕਹਿਣਾ ਸੀ ਕਿ ਉਹਦੇ ਢਿੱਡ ਵਿੱਚ 6ਵਾਂ ਬੱਚਾ ਹੈ ਜੋ ਕਿ ਉਸਦੇ ਪਿਓ ਨੂੰ ਨਹੀਂ ਚਾਹੀਦਾ। ਗਰੀਬੀ ਵੀ ਆਉਂਦੀ ਹੈ ਅਤੇ ਮੇਰੇ ਕੋਲ ਬੱਚੇ ਸਾਂਭੇ ਵੀ ਨਹੀਂ ਜਾਣੇ ਹੋਣ। ਮੈਂ ਬਸ ਕੱਲ੍ਹ ਹਸਪਤਾਲ ਦੇ ਵਿੱਚ ਜਾ ਕੇ ਸਾਰਾ ਕੰਮ ਕਰਵਾ ਆਉਣਾ। ਇਹ ਸੁਣ ਕ੍ਰਿਸ਼ਨਾ ਦੀ ਮਾਂ ਕਹਿੰਦੀ ਹੈ ਕਿ ਚੱਲ ਕੋਈ ਨਾ, ਮੈਂ ਸ਼ਾਮੀ ਆ ਕੇ ਤੇਰੇ ਘਰ ਤੈਨੂੰ ਪੈਸੇ ਫੜਾ ਜਾਂਦੀ ਹਾਂ। ਸ਼ਾਮ ਪੈਣ 'ਤੇ ਕ੍ਰਿਸ਼ਨਾ ਅਤੇ ਉਸਦੀ ਮਾਂ ਕੰਮ ਵਾਲੀ ਦੇ ਘਰ ਪਹੁੰਚ ਜਾਂਦੀਆਂ ਨੇ ਅਤੇ ਪੈਸੇ ਦੇ ਕੇ ਘਰ ਨੂੰ ਮੁੜ ਵਾਪਸ ਆ ਜਾਂਦੀਆਂ ਨੇ। ਉਸ ਦਿਨ ਤੋਂ ਬਾਅਦ ਕ੍ਰਿਸ਼ਨਾ ਦੀ ਮਾਂ ਨੇ ਕੰਮ ਵਾਲੀ ਨੂੰ ਕੰਮ ਕਰਨ ਤੋਂ ਵੀ ਮਨਾ ਕਰ ਦਿੱਤਾ। ਕ੍ਰਿਸ਼ਨਾ ਨੂੰ ਪੇਕੇ ਆਏ 2 ਦਿਨ ਹੋ ਚੁੱਕੇ ਸਨ। ਕ੍ਰਿਸ਼ਨਾ ਪੜ੍ਹਾਈ ਦਾ ਕਹਿ ਕੇ ਆਪਣੇ ਪੇਕੇ ਘਰ ਬੈਠੀ ਹੋਈ ਸੀ। ਉੱਤੋਂ ਸ਼ਰੀਕੇ ਵੀ ਚਾਹੁੰਦੇ ਸਨ ਕਿ ਇਹਨਾਂ ਦੇ ਘਰ ਕਦੀ ਨਿਆਣਾ ਨਾ ਹੋਵੇ, ਇਸ ਲਈ ਇਹ ਸਾਡਾ ਮੁੰਡਾ ਗੋਦ ਲੈ ਲੈਣ ਤਾਂ ਕਿ ਇਹਨਾਂ ਦੀ ਜ਼ਮੀਨ ਵੀ ਸਾਡੀ ਹੋ ਜਾਵੇਗੀ। ਇਹ ਗੱਲ ਕ੍ਰਿਸ਼ਨਾ ਦਾ ਪਤੀ ਉਸਨੂੰ ਫੋਨ 'ਤੇ ਦੱਸਦਾ ਕਿ ਉਸਦੀ ਭਰਜਾਈ ਦਾ ਫੋਨ ਆਇਆ ਸੀ ਕਿ ਤੇਰੇ ਘਰ ਤਾਂ ਕੁਝ ਹੋਣਾ ਨਹੀਂ ਤਾਂ ਸਾਡਾ ਮੁੰਡਾ ਵੀ ਤਾਂ ਤੇਰਾ ਹੀ ਹੈ। ਇਹ ਸੁਣ ਕ੍ਰਿਸ਼ਨਾ ਅੰਦਰ ਹੀ ਅੰਦਰ ਮਰਦੀ ਜਾਂਦੀ ਹੈ। ਇੱਕ ਤਾਂ ਔਲਾਦ ਦਾ ਸੁੱਖ ਨੇ, ਦੂਜਾ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ। ਤੰਗ ਆ ਚੁੱਕੀ ਸੀ ਉਹ ਸਭ ਕੁਝ। ਪੇਕੇ ਘਰ ਉਸਨੂੰ ਰਹਿੰਦਿਆਂ ਹੋਇਆਂ 7 ਮਹੀਨੇ ਬੀਤ ਚੁੱਕੇ ਸਨ। ਇੱਕ ਦਿਨ ਹਸਪਤਾਲੋਂ ਫੋਨ ਆਉਂਦਾ, ਕੰਮ ਵਾਲੀ ਨੂੰ ਕੁੜੀ ਹੋਈ ਹੈ। ਕ੍ਰਿਸ਼ਨਾ ਉਸ ਬੱਚੀ ਨੂੰ ਚੁੱਕ ਆਪਣੇ ਮੱਥੇ ਲਾਉਂਦੀ ਹੈ ਅਤੇ ਜਨਮ ਦੇ ਸਰਟੀਫਿਕੇਟ 'ਤੇ ਉਸ ਬੱਚੀ ਦੀ ਮਾਂ ਦੇ ਨਾਮ 'ਤੇ ਲਿਖਿਆ ਜਾਂਦਾ ਹੈ ਕ੍ਰਿਸ਼ਨਾ ਦਾ ਨਾਮ। ਹੈਰਾਨ ਹੋਣ ਵਾਲੀ ਗੱਲ ਨਹੀਂ, ਇਹ ਉਸ ਰੱਬ ਦੀ ਮਰਜ਼ੀ ਸੀ। ਜੇ ਉਸਨੂੰ ਤੁਹਾਨੂੰ ਕੁਝ ਦੇਣਾ ਤਾਂ ਕਿਸੇ ਵੀ ਰੂਪ ਦੇ ਵਿੱਚ ਆ ਕੇ ਦੇ ਦੇਣਾ। ਜ਼ਰੂਰੀ ਨਹੀਂ ਕਿ ਉਸ ਬੱਚੇ ਨੂੰ ਪੈਦਾ ਕਰਨਾ, ਪੈਦਾ ਕਰਨ ਵਾਲੀ ਤੋਂ ਪਹਿਲਾਂ ਪਾਲਣ ਵਾਲੀ ਮਾਂ ਦਾ ਦਰਜਾ ਵੀ ਸਭ ਤੋਂ ਉੱਚਾ ਮੰਨਿਆ ਗਿਆ। ਜਿਸ ਸ਼ਾਮ ਕ੍ਰਿਸ਼ਨਾ ਆਪਣੀ ਮਾਂ ਦੇ ਨਾਲ ਉਸ ਕੰਮ ਵਾਲੀ ਦੇ ਘਰ ਗਈ ਸੀ, ਉਸ ਸਮੇਂ ਗੱਲ ਪੱਕੀ ਹੋ ਗਈ ਸੀ ਕਿ ਕੁੜੀ ਹੋਵੇ ਜਾਂ ਮੁੰਡਾ, ਇਹ ਬੱਚਾ ਮੈਂ ਹੀ ਰੱਖਾਂਗੀ। ਬਸ ਉਸ ਵੇਲੇ ਤੋਂ ਉਸ ਪਲ ਦਾ ਇੰਤਜ਼ਾਰ ਸੀ ਕਿ ਕਦ ਉਹ ਬੱਚਾ ਇਸ ਧਰਤੀ 'ਤੇ ਆਵੇਗਾ ਅਤੇ ਮੈਂ ਮਾਂ ਬਣਨ ਦਾ ਸੁੱਖ ਪਾ ਸਕਾਂਗੀ। ਇਹਨੂੰ ਕਹਿੰਦੇ ਨੇ ਕਿਸਮਤ।
जे उस वक्त कृष्णा उत्थे ना हुंदी तां शायद वो बच्चा जन्म तो पहला ही मर जाता। पर उस बच्ची दा लिखिया सी वारस बनना। इसनू कहंदे ने किस्मत। अज उस बच्ची दे बाकी भैण भरा पता नहीं किस तरह की जिंदगी जी रहे ने, पर वो बच्ची अज महलां दी राणी है, अपने माँ प्यो दी लाडली ते सब तो होशियार। रब दिंदा जरूर है, इसलिए सबर करना सीखो। नीलू आखदी है, मैं क्या रब्बा मैनू लोड़ है तेरी। आवाज आई, मैं इत्थे ही हाँ। मैं क्या टुट गया सबर दा बन। उसने कहा, तेरी आवाज मेरे तक है, झोली भर मेरी अपनी रहमत दे नाल। उन्हें दिता है तां जिवें किस्मत दी राणी मैं ही हाँ। तो किस तरह की लगी अज की कहानी, कमेंट बॉक्स के विच तुसी मैनू जरूर दस सकते हो। जेकर थोड़े कोल भी कोई कहानी है जिसनों तुसी मेरे नाल शेयर करना चाहते हो तो तुसी मैनू love23lang@gmail.com ते मेल कर सकते हो। जेकर तुसी अजे तक मेरे चैनल नू सब्सक्राइब नहीं किया तो प्लीज़ पहला सब्सक्राइब करो। तो हाँ, रेड बैल आइकन नू दबाना ना भुलना ताकि तुसी मेरिया आउन वालिया सारिया वीडियोज़ का नोटिफिकेशन पा सको। मेरिया कहानियां नू ज्यादा तो ज्यादा लाइक करो, अपने परिवार दोस्तों दे नाल शेयर करो ते चैनल नू सब्सक्राइब करके बन जाओ Love23Land फैमिली दा हिस्सा। Love23Land, दिल से बाय नीलू।